है, बसा सरकारी सिर्फ 250 बस रह गई है, इन्हों की मंग हैगी है अपना 10,000 बस नवी होर पाई जाए। देखो गल ये आ भी इह सारा एक सिस्टम के तहत ही होगा ना, आपां जे कहीए भी एडहॉकिज़म नाल चल जावांगे, एडहॉकिज़म नाल नहीं चलिया जा सकता। ये जिन्नियां भी नवीं बसा मेरा ख्याल है ये प्रोसैस इन्हां नूं वध पता होना, ये भी कोई प्रोसैस होया हैगा भी शायद 500-600 बसा का ज किन्ने बसा का, क्योंकि वह भी सरकार के अंडर कंसीडरेशन है। बिल्कुल उदो पहले ही टेकअप करूंगा यार, बिल्कुल मैं जो मैनू नाल भी मैं उत्थे भी किसी ने बुलाया तो मैं नाल जाऊंगा और इन्हां दे पक्ष की गल करूंगा। देखो यार देखो आप ओवरनाइट कहीए भी ये जो पिछले 75 साल होया ये सारा उदा नतीजा आ ना, कभी ओवरनाइट इन्ना डिटीरियोरेट होंदा ना, कभी इन्ना इन्नी जल्दी ठीक होंदा। सिस्टम के उत्ते प्रेशर बहुत आ, अज पंजाब ते जदों इस सरकार ने अपनी टेन्योर पूरी करनी आ लगभग 3 लाख करोड़ का कर्जा होना, सो इस करके सानू सब कुछ मद्देनज़र मैं तो हमेशा एक बैलेंस गल करता हूँ भी जिथे जिहड़ी चीज़ देनी चाहिए आ उत्थे ही देनी चाहिए आ। सरकारां समय समय से कई बारी जिहड़े फैसले आ उह इधर उधर दे लै के पंजाब दे उत्ते साडा आउण वाला जिहड़ा समां आ नौजवान पीढ़ी, क्योंकि अल्टीमेटली किसी भी बंदे ने सिस्टम दे विच बहुत लंबा समा नहीं रहना हुंदा, लेकिन साड़ी आने वाली जनरेशन ने तो यह सारा कुछ देखना हैगा ना, उहदे लई दृढ़ता नाल कई सख्त फैसले भी लैणगे, कई सख्त फैसले लैण की जरूरत भी हैगी आ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਨੂੰ ਚੰਗੇ ਪਾਸੇ ਨੂੰ ਤੋਰ ਸਕੀਏ। ਸਰ ਇੱਕ ਜਨਤਾ ਦੇ ਹੱਕ 'ਚ ਤੇ ਜਨਤਾ ਦੇ ਖਿਲਾਫ ਜਿਹੜੇ ਸਖਤ ਫੈਸਲੇ ਜਿਹੜੇ ਕਰਦੇ ਹੋ ਜਨਤਾ ਦੇ ਹੱਕ ਵਾਲੇ ਪਾਸੇ ਜਾਣਗੇ ਜਾਂ ਸਿਸਟਮ ਦੇ ਖਿਲਾਫ ਜਾਣਗੇ। ਕਿਸੇ ਨੂੰ ਮਾਂ ਬਾਸੀ ਹੁੰਦੇ ਆ, ਕਿਸੇ ਨੂੰ ਸਵਾਦੀ ਹੁੰਦੇ ਆ, ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂ ਵੀ, ਕਿਉਂਕਿ ਐਂਡ ਆਫ ਦਾ ਡੇ ਤਾਂ ਇੱਕ ਸਿਸਟਮ ਆਪਾਂ ਘਰ ਵੀ ਚਲਾਉਂਦੇ ਨਾ ਆਪਣਾ, ਉਹਦੇ ਵਿੱਚ ਵੀ ਤੁਹਾਡੀ ਜੋ ਆਮਦਨੀ ਆ ਅਤੇ ਜੋ ਖਰਚਾ ਆ ਉਹਨੂੰ ਬੈਲੈਂਸ ਕਰਕੇ ਹੀ ਤੁਰੋਗੇ ਨਾ, ਕਿਉਂਕਿ ਨਹੀਂ ਤਾਂ ਅੰਗੂਠਾ ਲੱਗੀ ਜਾਊਗਾ, ਅੰਗੂਠਾ ਕਿਹਦਾ ਲੱਗਣਾ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਦਾ ਲੱਗਣਾ। ਸਾਨੂੰ ਅੱਜ ਅਸੀਂ ਕਈ ਵਾਰੀ ਗੱਲਾਂ ਕੌੜੀਆਂ ਲੱਗਦੀਆਂ, ਮੇਰੇ ਵਰਗੇ ਬੰਦੇ ਦੀਆਂ ਤਾਂ ਬਹੁਤੀਆਂ ਕੌੜੀਆਂ ਲੱਗਦੀਆਂ, ਤੁਸੀਂ ਵੀ ਕਈ ਵਾਰੀ ਇਹਨੂੰ ਇੱਕ ਹੋਰ ਪਾਸੇ ਨੂੰ ਤੋਰ ਲੈਣਾ ਹੁੰਦਾ, ਪਰ ਅਸਲੀਅਤ ਇਹੀ ਆ, ਸੱਚ ਇਹੀ। ਅੱਜ ਆਹ ਸਾਡੇ ਜਿਹੜੇ ਦੋਸਤ ਆ, ਸਾਡੇ ਜਿਹੜੇ ਬੱਚੇ ਆ, ਇਹ ਸਾਨੂੰ ਇਹਨਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ ਜੇ ਅਸੀਂ ਜਿਹੜੇ ਚੰਗੇ ਡਿਸੀਜ਼ਨ ਕੀ ਕੰਮ ਕਰਨ ਵਾਲੇ ਡਿਸੀਜ਼ਨ, ਜਿਹੜੇ ਮਿਹਨਤ ਕਰਨ ਵਾਲੇ ਡਿਸੀਜ਼ਨ, ਕਿਉਂਕਿ ਬੰਦਾ ਵਿਹਲਾ ਬਹਿ ਕੇ ਕਦੀ ਨਹੀਂ ਵੱਧਦਾ, ਕੰਮ ਕਰਕੇ ਵੱਧਦਾ। ਉਹਨਾਂ ਦਾ ਕਹਿਣਾ ਵੀ ਆਉਣ ਵਾਲੇ ਸਮੇਂ ਜਿਹੜੀ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਤੁਹਾਡੀਆਂ ਮੰਗਾਂ ਦਾ ਤੁਰੰਤ ਹੱਲ ਕਰਾ ਕੇ ਸਰਕਾਰ ਕੋਲ ਨੋਟੀਫਿਕੇਸ਼ਨ ਜਾਰੀ ਕਰਾਇਆ ਜਾਊਗਾ। ਅਸੀਂ ਇਹੋ ਆਸ ਲੈ ਕੇ ਆਏਗਾ, ਸਾਨੂੰ ਪੂਰੀ ਆਸ ਹੈ ਵੀ ਆਉਣ ਵਾਲੇ ਸਮੇਂ ਵਿੱਚ 14 ਤਰੀਕ ਨੂੰ ਜਿਹੜਾ ਪੰਜਾਬ ਸਰਕਾਰ ਕੋਲ ਸਾਡੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਕਰਾਉਣਗੇ। ਬਾਕੀ ਵੀ ਵਿਧਾਇਕ ਹੈਗੇ ਸੀ, ਤੁਸੀਂ ਪ੍ਰਗਟ ਸਿੰਘ ਨੂੰ ਕਿਉਂ ਚੁਣਿਆ? ਕਿਉਂਕਿ ਇਹ ਪੰਜਾਬ ਸਰਕਾਰ ਦੇ ਵਿੱਚ ਆਪਾਂ ਇਹਨਾਂ ਦੀਆਂ ਇੰਟਰਵਿਊ ਸੁਣਦੇ ਰਹਿੰਦੇ ਹਾਂ, ਇਹ ਬਹੁਤ ਐਕਟਿਵ ਵਿਧਾਇਕ ਨੇ, ਇਸੇ ਕਰਕੇ ਅਸੀਂ ਇਹਨਾਂ ਦਾ ਘਰ ਚੁਣਿਆ ਵੀ ਇਹ ਸਾਡੀਆਂ ਮੰਗਾਂ ਦਾ ਹੱਲ ਕਰਾ ਸਕਦੇ ਆ। ਕਿੰਨਾ ਤੁਹਾਡਾ 14 ਤਰੀਕ ਨੂੰ ਹੱਲ ਹੋਇਆ ਕਿ ਅਗਲੀ ਕੀ ਰਣਨੀਤੀ ਹੋਏਗੀ? ਅਗਲੀ ਰਣਨੀਤੀ ਜੇ 14 ਤਰੀਕ ਨੂੰ ਸਾਡਾ ਨਹੀਂ ਹੱਲ ਹੁੰਦਾ ਤਾਂ ਪੰਜਾਬ ਦੇ ਜਿੰਨੇ ਨੈਸ਼ਨਲ ਹਾਈਵੇ ਉਹ ਪੱਕੇ ਤੌਰ 'ਤੇ ਬੰਦ ਕੀਤੇ ਜਾਣਗੇ। ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਜਾਂ ਤਾਂ ਸਾਡੀਆਂ ਮੰਗਾਂ ਦਾ ਹੱਲ ਹੋ ਜੇ, ਜੇ ਸਰਕਾਰ ਕਹੂਗੀ ਵੀ ਉਦਾਂ ਅਸੀਂ ਇਹਨਾਂ ਨੂੰ ਘਰ ਘੱਲ ਦਾਂਗੇ, ਅਸੀਂ ਆਪਣੇ ਘਰੋਂ ਠਾਣ ਕੇ ਆਏ ਵੀ ਜਾਂ ਅਸੀਂ ਪੱਕੇ ਹੋਰ ਕੇ ਘਰ ਵਾਪਸ ਜਾਵਾਂਗੇ ਜਾਂ ਅਸੀਂ ਫਟਿਆਂ 'ਤੇ ਪੈ ਕੇ ਘਰ ਜਾਵਾਂਗੇ। ਕਿਤੇ ਪ੍ਰਗਟ ਸਿੰਘ ਨਾਲ ਤੁਹਾਡੀ ਬੜੀ ਦੇਰ ਮੀਟਿੰਗ ਵੀ ਹੋਈ ਹੈ, ਗੱਲਬਾਤ ਵੀ ਹੋਈ ਹੈ, ਕੀ ਉਹਨਾਂ ਨੇ ਵਿਸ਼ਵਾਸਨ ਕੀ ਦਿੱਤਾ? ਉਹਨਾਂ ਇਹੋ ਵਿਸ਼ਵਾਸਨ ਦਿੱਤਾ ਵੀ ਤੁਹਾਡੀਆਂ 14 ਤਰੀਕ ਨੂੰ ਅਸੀਂ ਮੰਗਾਂ ਦਾ ਹੱਲ ਕਰਾ ਕੇ ਤਾਂ ਨੋਟੀਫਿਕੇਸ਼ਨ ਜਾਰੀ ਕਰਾਵਾਂਗੇ।